ਡੇਰਾ ਮੁਖੀ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮਾਮਲਾ ਸੀਗਾ ਡੇਰਾ ਦੇ ਸਾਬਕਾ ਮੈਨੇਜਰ ਰਹੇ ਰਣਜੀਤ ਸਿੰਘ ਮਰਡਰ ਮਾਮਲੇ 'ਚ। ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਸੀਗੀ, ਦੋਸ਼ੀ ਕਰਾਰ ਦਿੱਤਾ ਸੀ ਔਰ ਉਸੇ ਸਜ਼ਾ ਨੂੰ ਅਪੀਲ ਦਾਖਲ ਕੀਤੀ, ਚੈਲੇਂਜ ਕੀਤਾ ਸੀ ਡੇਰਾ ਮੁਖੀ ਅਤੇ ਬਾਕੀ ਅਕਿਊਜ਼ ਨੇ। ਸਾਡੇ ਨਾਲ ਇਸ ਮਾਮਲੇ ਵਿੱਚ ਜਿਹੜੇ ਮੇਨ ਅਕਿਊਜ਼ ਸੀਗੇ ਸ਼ਬਦਿਲ, ਉਹਨਾਂ ਦੇ ਐਡਵੋਕੇਟ ਨੇ ਜੋਸ਼ੀ ਜੀ, ਅਤੇ ਗੱਲ ਕਰਾਂਗੇ ਆਖਿਰ ਮਸਲਾ ਹੈ ਕੀ ਸੀ, ਕਿਵੇਂ ਸਾਰਾ ਮਸਲਾ ਚੱਲਿਆ ਔਰ ਅੱਜ ਜਿਹੜਾ ਆਰਡਰ ਆਇਆ ਉਹਨੂੰ ਕਿਵੇਂ ਦੇਖਦੇ ਹੋ। ਜੋਸ਼ੀ ਜੀ, ਪਹਿਲਾਂ ਤਾਂ ਦੱਸੋ ਕਿ ਜਿਹੜਾ ਡੇਰਾ ਮੁਖੀ ਨੂੰ ਹੁਣ ਬਰੀ ਕਰਤਾ ਗਿਆ, ਲੇਕਿਨ ਪੰਜ ਅਕਿਊਜ਼ ਸੀਗੇ ਜਿਹਦੇ ਵਿੱਚ ਮੇਨ ਅਕਿਊਜ਼ ਸੀਗਾ ਸ਼ਬਦਿਲ, ਸ਼ਬਦਿਲ ਦੇ ਤੁਸੀਂ ਸਾਰੀ ਪੈਰਵੀ ਕੀਤੀ ਹੈ ਇਹਦੇ ਵਿੱਚ। ਰਣਜੀਤ ਦਾ ਜਦੋਂ ਮਰਡਰ ਹੋਇਆ 10/7/2002 ਨੂੰ, ਉਸ ਸਮੇਂ ਉਹਦੇ ਫਾਦਰ ਜੋਗਿੰਦਰ ਸਿੰਘ ਨੇ FIR ਆਪਦੇ ਪਿੰਡ ਦੇ ਸਰਪੰਚ ਦੇ ਖਿਲਾਫ਼ ਲਗਾਈ ਸੀ, ਡੇਰੇ ਦਾ ਜਾਂ ਮੇਰੇ ਕਲਾਇੰਟ ਸ਼ਬਦਿਲ ਦਾ ਇਹਦੇ 'ਚ ਕੋਈ ਜ਼ਿਕਰ ਨਹੀਂ ਸੀ FIR 'ਚ। ਉਸ ਤੋਂ ਬਾਅਦ ਉਹਨਾਂ ਨੇ 2-3 ਮਹੀਨਿਆਂ ਬਾਅਦ ਇੱਕ ਪੱਤਰ ਹਾਈਕੋਰਟ ਨੂੰ ਲਿਖਿਆ ਵੀ ਇਹਦੀ ਜਾਂਚ ਹਰਿਆਣਾ ਪੁਲਿਸ ਠੀਕ ਨਹੀਂ ਕਰ ਰਹੀ, ਤਾਂ ਇਹ ਹਾਈਕੋਰਟ ਨੇ ਜੁਡੀਸ਼ੀਅਲ ਸਾਈਡ 'ਤੇ ਲੈ ਕੇ ਇਹਨੂੰ CBI ਨੂੰ ਭੇਜਤਾ ਸੀ। CBI ਨੇ ਜਿਹੜਾ ਹੈਗਾ ਉਸ ਤੋਂ ਬਾਅਦ ਜਾਂਚ ਕੀਤੀ, ਇਹਦੇ ਵਿੱਚ ਡੇਰਾ ਮੁਖੀ ਸਮੇਤ 6 ਜਣੇ ਅਕਿਊਜ਼ਡ ਬਣਾਏ ਗਏ, ਜਿਹਦੇ ਵਿੱਚ ਉਹ ਜਿਹੜਾ ਡੇਰੇ ਦਾ ਪ੍ਰਬੰਧਕ ਸੀਗਾ ਇੰਦਰ ਸੈਨ, ਬੜਾ ਹੀ ਜੈਂਟਲਮੈਨ ਸੀਗਾ, ਉਹ ਐਕਸਪਾਇਰ ਹੋ ਗਏ ਸੀਗੇ ਟ੍ਰਾਇਲ ਦੇ ਚੱਲਦੇ, ਅਤੇ ਬਾਕੀ 5 ਨੂੰ ਜਿਹੜਾ ਹੈਗਾ CBI ਕੋਰਟ ਨੇ ਸਜ਼ਾ ਸੁਣਾਤੀ ਸੀਗੀ 2021 ਦੇ ਵਿੱਚ। ਉਸਦੇ ਅਗੇਂਸਟ ਅਪੀਲਾਂ ਸੀਗੀਆਂ, ਅਪੀਲਾਂ 'ਚ ਪਿਛਲੇ ਮਹੀਨੇ ਕਈ ਦਿਨ ਲਗਾਤਾਰ ਬਹਿਸ ਚੱਲਦੀ ਰਹੀ ਅਤੇ ਅੱਜ ਉਹ ਪ੍ਰੋਨਾਊਂਸਮੈਂਟ ਸੀਗੀ। ਅੱਜ ਮਾਨਯੋਗ ਹਾਈਕੋਰਟ ਨੇ ਜਿਹੜੀਆਂ ਅਪੀਲਾਂ ਨੇ ਕਨਵਿਕਸ਼ਨ ਦੇ ਖਿਲਾਫ਼, ਸੈਂਟੈਂਸ ਦੇ ਖਿਲਾਫ਼, ਉਹ ਅੱਜ ਅਲਾਓ ਹੋ ਗਈਆਂ ਅਤੇ ਸੈਟਿਸਫਾਈਡ ਕਰਤੀ, ਜਿਹੜੀ ਰਿਵਰਸ ਕਰਤੀ ਜੱਜਮੈਂਟ ਟ੍ਰਾਇਲ ਕੋਰਟ ਦੀ, ਅਤੇ ਡੇਰਾ ਮੁਖੀ ਸਮੇਤ ਸਾਰੇ ਮੁਲਜ਼ਮਾਂ ਨੂੰ ਵਰੀ ਕਰਤਾ। ਜੋਸ਼ੀ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੇਨ ਅਕਿਊਜ਼ਡ ਸ਼ਬਦਿਲ ਸੀਗਾ, ਆਖਿਰ ਉਹ ਕਿਹੜੇ ਪੁਆਇੰਟ ਸੀਗੇ, ਕਿਹੜੇ ਆਰਗੂਮੈਂਟ ਸੀਗੇ ਕੋਰਟ ਵਿੱਚ ਜਿਹੜੇ ਤੁਸੀਂ ਰੱਖੇ, ਉਹ ਪੁਆਇੰਟ ਜ਼ਰੂਰ ਦੱਸੋ। ਉਹਦੇ ਵਿੱਚ ਗੱਲ ਇਹ ਹੈ ਵੀ FIR ਦੇ ਮੁਤਾਬਕ 4 ਹਮਲਾਵਰ ਸੀਗੇ, ਚਾਰਾਂ ਦੇ ਹੱਥਾਂ ਵਿੱਚ 4 ਰਿਵਾਲਵਰ ਸੀਗੇ ਜਿਨ੍ਹਾਂ ਨੇ ਇਨਡਿਸਕ੍ਰੀਮੀਨੇਟਲੀ ਉਹ ਕਹਿੰਦੇ ਫਾਇਰਿੰਗ ਕੀਤੀ। ਇਸ ਕੇਸ ਦੇ ਵਿੱਚ CBI ਦੀ ਜਾਂਚ ਹੈ ਜਿਹੜੀ ਅਪ ਟੂ ਮਾਰਕ ਹੈ ਨਹੀਂ, ਕੋਈ ਵੈਪਨ ਨਹੀਂ ਬਰਾਮਦ ਹੋਇਆ। ਸ਼ਬਦਲ 'ਤੇ ਇਹ ਐਲੀਗੇਸ਼ਨ ਲੱਗਿਆ ਸੀਗਾ ਵੀ ਉਹਨੇ ਆਪਦੇ ਸਰਵਿਸ ਰਿਵਾਲਵਰ ਉਹਦਾ ਨੰਬਰ ਦਿੱਤਾ ਬਕਾਇਦਾ ਚਾਰਜ ਫਰੇਮ ਕਰਨ ਵੇਲੇ ਵੀ ਇਸ ਨੰਬਰ ਨਾਲ ਸ਼ਬਦਲ ਨੇ ਗੋਲੀਆਂ ਮਾਰੀਆਂ, ਲੇਕਿਨ ਉਹ ਜਿਹੜਾ ਹੈਗਾ 97 'ਚ ਉਹ ਰਿਵਾਲਵਰ ਜਿਹੜਾ ਜਿਹਦੇ ਨਾਲ ਉਹ 455 ਬੋਰ ਦੇ ਨਾਲ ਮਰਡਰ ਅਲੈਜ ਕੀਤਾ ਜਾਂਦਾ, ਉਹ 97 ਦੇ ਵਿੱਚ ਸ਼ਬਦਲ ਨੂੰ ਇਸ਼ੂ ਹੋਇਆ ਸੀ, ਲੇਕਿਨ ਉਹਦੇ ਵਿੱਚ ਕੁਛ ਡਿਫੈਕਟ ਹੋਣ ਕਰਕੇ 99 'ਚ ਉਹਨੇ ਮਾਨਸਾ ਕੋਤ 'ਚ ਜਿੱਥੋਂ ਉਹ ਗਨਮੈਨ ਅਟੈਚ ਕੀਤਾ ਹੋਇਆ ਸੀ ਮਾਨਸਾ ਡੇਰੇ ਦੇ ਥਰੂ, ਅਤੇ ਉਹ ਜਿਹੜਾ ਹੈਗਾ ਵੈਪਨ 99 'ਚ ਜਮ੍ਹਾਂ ਹੋ ਗਿਆ ਸੀਗਾ, ਸਰੈਂਡਰ ਕਰਤਾ ਸੀ, ਵਾਪਸ ਕਰਤਾ ਸੀ। ਸ਼ਬਦਿਲ ਗਨਮੈਨ ਸੀਗਾ, ਸ਼ਬਦਿਲ ਗਨਮੈਨ ਸੀਗਾ ਡੇਰੇ ਦਾ, ਅਤੇ ਸ਼ਬਦਿਲ ਨਾਲ ਅਟੈਚ ਰਹਿੰਦਾ ਗੁਰਮੀਤ ਰਾਮਰੀ ਸਿੰਘ ਦਾ ਗਨਮੈਨ ਸੀਗਾ, ਅਤੇ ਡੇਰੇ ਨਾਲ ਉਹ ਮਾਨਸਾ ਡੇਰੇ ਤੋਂ ਅਟੈਚ ਕੀਤਾ ਹੋਇਆ ਸੀਗਾ ਪੰਜਾਬ ਵੱਲੋਂ, ਪੰਜਾਬ ਦੀ ਪੁਲਿਸ ਕੋਂਸਟੇਬਲ ਸੀਗਾ ਉਹ, ਪੰਜਾਬ ਪੁਲਿਸ ਦਾ ਕੋਂਸਟੇਬਲ ਸੀਗਾ। ਇਹਦੇ ਵਿੱਚ ਜੋ ਰਿਵਾਲਵਰ ਚਾਰਜ ਫਰੇਮ ਹੋਇਆ ਉਹ 99 ਜਮ੍ਹਾਂ ਹੋ ਗਿਆ, ਲੇਕਿਨ ਮਰਡਰ ਹੁੰਦਾ 2002 'ਚ, 10/7/2002 ਨੂੰ ਮਰਡਰ ਹੁੰਦਾ, ਜਾਣੀ CBI ਇਹ ਪ੍ਰੋਪਰ ਤਹਿਕੀਕਾਤ ਹੀ ਨਹੀਂ ਕਰ ਸਕੀ ਵੀ ਉਹ ਰਿਕਾਰਡ ਚੈੱਕ ਕਰਕੇ ਉਹ ਕਨਫਿਊਜ਼ਨ 'ਚ ਰਹੀ ਵੀ ਇਹ ਸ਼ਾਇਦ ਵੈਪਨ ਇਹਦੇ ਕੋਲ ਹੈਗਾ, ਲੇਕਿਨ ਉਹ ਰਿਕਾਰਡ ਜਦੋਂ ਤਲਬ ਕੀਤਾ ਇੱਕ SSP ਦਾ RTA ਥੱਲੇ ਲੈਟਰ ਮੰਗਾਇਆ, ਉਹਨੇ ਇਸਟੈਬਲਿਸ਼ ਕਰਤਾ ਵੀ ਇਹ ਰਿਵਾਲਵਰ ਜਿਹੜਾ ਹੈਗਾ 99 ਜਮ੍ਹਾਂ ਹੋ ਗਈ ਸੀ, ਅਤੇ CBI ਨੇ ਜਾਂ ਫੋਰੈਂਸਿਕ ਨੂੰ ਭੇਜਣ ਵੇਲੇ ਵੀ ਉਹ ਜਿਹੜੀ ਮਾਨਸਾ ਕੋਚ ਦੇ ਜਿਹੜਾ ਆਰਮਰੀ 'ਚੋਂ ਹੀ ਲੈ ਕੇ ਫੋਰੈਂਸਿਕ ਨੂੰ ਭੇਜਿਆ ਸੀਗਾ, ਸ਼ਬਦਿਲ ਕੋਲੋਂ ਕੋਈ ਵੈਪਨ ਨਹੀਂ ਬਰਾਮਦ ਹੋਇਆ। ਜੋ ਵੈਪਨ ਬਰਾਮਦ ਹੋਇਆ ਉਹ 9 mm ਦਾ ਰਿਵਾਲਵਰ ਸੀਗਾ, ਜਿਹਦਾ ਮਰਡਰ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਸੀਗਾ। ਅਤੇ ਇਹਦੇ ਵਿੱਚ ਰਾਮ ਰਹੀਮ ਦੀ ਐਂਟਰੀ ਕਿਵੇਂ ਹੁੰਦੀ ਹੈ?
ਰਾਮ ਰਹੀਮ ਦੀ ਜਦੋਂ ਇਹ ਅਲੈਜ ਕੀਤਾ ਵੀ ਸ਼ਬਦਲ, ਜਸਵੀਰ ਤੇ ਹੋਰ ਸਾਰੇ ਬੰਦੇ ਜਿਹੜੇ ਹੈਗੇ ਨੇ ਇਹ ਕੌਂਸਪੀਰੇਟਰ ਦੇ ਤੌਰ ਤੇ ਰਾਮ ਰਹੀਮ ਨੂੰ ਲਿਆ ਗਿਆ ਤੇ ਉਹ ਖੱਟਾ ਸਿੰਘ ਦਾ ਸਟੇਟਮੈਂਟ ਆਉਂਦਾ ਵਿੱਚ ਤੁਸੀਂ ਦੇਖਿਆ ਹੋਊਗਾ, ਪਰ ਇਸ ਤੇ ਕੋਰਟ ਨੇ ਜਦੋਂ ਇਹ ਐਸਟੈਬਲਿਸ਼ ਹੋ ਗਿਆ ਵੀ ਜਸਵੀਰ ਤੇ ਸ਼ਬਦਲ ਜਿਹੜੇ ਹਮਲਾਵਰ ਨੇ, ਜਿਨ੍ਹਾਂ ਤੋਂ ਕੋਈ ਵੈਪਨ ਨਹੀਂ ਬਰਾਮਦ ਹੋਇਆ, ਜਿਨ੍ਹਾਂ ਹਮਲਾਵਰਾਂ ਨਾਲ ਗੱਡੀ 'ਚ ਭੱਜੇ ਬੈਂਗਣਾ ਨਾਲ ਕਾਰ ਬਰਾਮਦ ਨਹੀਂ ਹੋਈ, ਜਿਹੜਾ ਮੌਕੇ ਦਾ ਵਿਟਨੈਸ ਹੈ ਉਹ ਕਿਸੇ ਹੋਰ ਦੇ ਨਾਂ FIR ਲਿਖਾ ਰਿਹਾ ਅਤੇ ਉਹਦੀ ਪ੍ਰੈਜੈਂਸ ਡਾਊਟਫੁੱਲ ਹੈ, ਇਸ ਕਰਕੇ ਜਦੋਂ ਇਸਟੈਬਲਿਸ਼ ਨਹੀਂ ਹੋ ਪਾਉਂਦਾ ਵੀ ਜਸਵੀਰ ਅਤੇ ਜਿਹੜਾ ਹੈਗਾ ਸ਼ਬਦਲ ਮਾਰਨ ਵਾਲਿਆਂ 'ਚ ਹੈਗੇ ਨੇ, ਉਹ ਕਾਤਲ ਹੀ ਨਹੀਂ ਹੈਗੇ, ਤਾਂ ਕੌਂਸਪੀਰੇਸੀ ਤਾਂ ਪਾਰਟ ਬਾਅਦ 'ਚ ਆਉਂਦਾ, ਕਿਹਦੇ ਨਾਲ ਕੌਂਸਪੀਰੇਸੀ ਕਰਦੀ ਜਦੋਂ ਇਹ ਤਾਂ ਮਾਰਨ ਵਾਲੇ ਹੈ ਨਹੀਂ, ਇਸ ਕਰਕੇ ਕੌਂਸਪੀਰੇਸੀ ਜਿਹੜੀ ਹੈਗੀ ਆ ਉਹ ਗਰਾਊਂਡ 'ਤੇ ਐਲੀਗੇਸ਼ਨ ਇਹ ਸੀਗੇ ਕਿ ਰਾਮ ਰਹੀਮ ਦੇ ਕਹਿਣ 'ਤੇ ਮਰਡਰ ਹੋਇਆ, ਇਹ ਐਲੀਗੇਸ਼ਨ ਇਹ ਐਲੀਗੇਸ਼ਨ ਸੀਗੇ ਖੱਟਾ ਸਿੰਘ ਦੇ ਸਟੇਟਮੈਂਟ ਦੇ ਮੁਤਾਬਕ, ਲੇਕਿਨ ਉਹ ਬਹੁਤ ਡਿਲੇ ਨਾਲ ਐਵੀਡੈਂਸ 6 ਸਾਲ ਬਾਅਦ ਐਵੀਡੈਂਸ ਕ੍ਰੀਏਟ ਕੀਤਾ ਗਿਆ ਸੀ। ਮਰਡਰ ਹੋਇਆ ਕਿਉਂ ਔਰ ਕਿਹਨੇ ਮਾਰਿਆ, ਫਿਰ ਇਹ ਕਾਤਲ ਕਿੱਥੇ ਨੇ? ਗੱਲ ਇਹ ਹੈ ਵੀ ਦੇਖੋ, ਗੱਲ ਇਹ ਹੈ ਵੀ ਇਸ, ਮੈਂ ਪਹਿਲਾਂ ਹੀ ਕਹਿ ਰਿਹਾ ਵੀ CBI ਦੀ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ, ਕਤਲ ਜ਼ਰੂਰ ਹੋਇਆ, ਸਾਨੂੰ ਬੜਾ ਦੁੱਖ ਹੈ, ਰਣਜੀਤ ਸਿੰਘ ਡੇਰੇ ਦਾ ਬਹੁਤ ਵੱਡਾ ਸ਼ਰਧਾਲੂ ਸੀਗਾ, ਬਹੁਤ ਵਧੀਆ ਸੀਗਾ, ਇਸ ਦਾ ਬੜਾ ਦੁੱਖ ਹੈ, ਲੇਕਿਨ ਇਹ ਬੰਦੇ ਬੇਕਸੂਰ ਸੀਗੇ, ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਵੀ ਇਹਦੇ ਵਿੱਚ ਇਨੋਸੈਂਟ ਬੰਦੇ ਇਨਵੋਲਵ ਕਰਤੇ, ਅਸਲ ਮਾਰਨ ਵਾਲੇ ਕੋਈ ਹੋਰ ਤੇ, ਉਹ CBI ਦਾ ਕੰਮ ਸੀਗਾ ਢੂੰਡਣਾ, ਲੇਕਿਨ ਉਹਨਾਂ ਨੇ ਇਹਨਾਂ 'ਤੇ ਥੋਪਤਾ, ਇਸ ਕਰਕੇ ਜਿਹੜਾ ਹੈਗਾ ਉਹ ਕੇਸ ਫੇਲ ਹੋ ਗਿਆ। ਜੋਸ਼ੀ ਜੀ, ਹੁਣ ਇਹ ਹੈ ਕਿ ਫੈਸਲਾ ਆ ਗਿਆ, ਡਿਟੇਲ ਆਰਡਰ ਆ ਜਾਏਗਾ, ਉਸ ਤੋਂ ਬਾਅਦ CBI ਹੋਏ ਜਾਂ ਰਣਜੀਤ ਸਿੰਘ ਦੇ ਕੋਈ ਪਰਿਵਾਰ ਦਾ ਮੈਂਬਰ ਹੋਏ, ਇਹਨੂੰ ਅੱਗੇ ਸੁਪਰੀਮ ਕੋਰਟ ਵੀ ਦੇ ਸਕਦਾ ਜਾਂ ਇੱਥੇ ਕੀ ਰੈਮੇਡੀ ਹੈ? ਦੇਖੋ, ਗੱਲ ਇਹ ਹੈ ਬਈ, ਜਦੋਂ ਟ੍ਰਾਇਲ ਕੋਰਟ 'ਚ ਕੇਸ 19 ਸਾਲ ਚੱਲਿਆ, ਮੇਰੇ ਕਲਾਇੰਟ ਨਾਲ ਭਾਵੇਂ ਬਹੁਤ ਜ਼ਿਆਦਾ ਹੋ ਗਈ, 19 ਸਾਲ ਪੇਸ਼ੀਆਂ 'ਤੇ ਆਉਣਾ ਐਡੇ ਦੂਰੋਂ ਬਹੁਤ ਮੁਸ਼ਕਲ ਹੈ, ਫਿਰ ਉਹਦਾ ਜੌਬ ਚੱਲਿਆ ਗਿਆ, ਬੱਚੇ ਰੁੜ ਗਏ, ਅਤੇ ਭਾਵੇਂ ਅੱਜ ਦੇਰ ਆਏ ਦਰੁਸਤ ਆਏ ਇਨਸਾਫ਼ ਮਿਲਿਆ, ਪਰ ਡਿਲੇ ਬਹੁਤ ਹੋ ਗਈ ਇਨਸਾਫ਼ ਮਿਲਣ ਦੇ ਵਿੱਚ। ਹੁਣ ਇਸ ਕੇਸ ਦੇ ਵਿੱਚ ਜੇ ਕੋਈ ਧਿਰ CBI ਜਾਂ ਕੰਪਲੇਨੈਂਟ ਧਿਰ ਜਾਂਦੀ ਹੈ, ਕਿਉਂਕਿ ਇਹਦੇ 'ਚ ਡਾਕੂਮੈਂਟਰੀ ਐਵੀਡੈਂਸ ਹੈ ਵੀ ਉਹ ਰਿਵਾਲਵਰ ਜਿਹਤੇ ਚਾਰਜ ਫਰੇਮ ਕੀਤਾ ਗਿਆ ਉਹਦੇ ਕਬਜ਼ੇ 'ਚ ਹੈ ਨਹੀਂ ਸੀਗਾ, ਇਸ ਕਰਕੇ ਕੋਈ ਕੋਰਟ ਕਿਵੇਂ ਸਜ਼ਾ ਕਰ ਸਕਦੀ ਹੈ? ਤੁਸੀਂ ਦੇਖਿਆ ਉਹ ਟ੍ਰਾਇਲ ਕੋਰਟ ਜਦੋਂ ਫੈਸਲਾ ਸੁਣਾਉਣ ਵਾਲੀ ਸੀ, ਇਮੀਜੀਏਟਲੀ ਉਹਨਾਂ ਦੇ ਖਿਲਾਫ਼ ਇਮਾਨਦਾਰ ਜੁਡੀਸ਼ੀਅਲ ਅਫਸਰ ਦੇ ਖਿਲਾਫ਼ ਇੱਕ ਟ੍ਰਾਂਸਫਰ ਐਪਲੀਕੇਸ਼ਨ ਪਾਤੀ, ਉਹ ਸਾਡੇ ਫੈਸਲੇ ਨੂੰ ਉਸ ਸਮੇਂ ਪ੍ਰਭਾਵਿਤ ਕੀਤਾ ਗਿਆ ਹੋਵੇ ਤਾਂ ਕਿ ਵਰੀ ਨਾ ਕਰ ਦੇਣ, ਇਸ ਕਰਕੇ ਜਿਹੜਾ ਹੈਗਾ ਹਾਈ ਕੋਰਟ ਨੇ ਬਿਲਕੁਲ ਸਾਰੇ ਅੱਗੇ ਉਹਨਾਂ ਕੋਲ ਰੈਮਡੀ ਤਾਂ ਹੈਗਾ ਨਾ ਸੁਪਰੀਮ ਕੋਰਟ ਜਾਂ ਕਿਤੇ, ਰੈਮਡੀ ਹੈ ਲੇਕਿਨ ਇਹਦੇ ਵਿੱਚ ਐਂਟਰਟੇਨ ਨਹੀਂ ਕਰਨਾ ਸੁਪਰੀਮ ਕੋਰਟ ਨੇ, ਕਿਉਂਕਿ ਡਾਕੂਮੈਂਟਰੀ ਐਸਟੈਬਲਿਸ਼ ਕਰਦੇ ਨੇ ਵੀ ਇਹ ਬੰਦੇ ਕਾਤਲ ਹੈ ਨਹੀਂ ਗੇ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸੀਗੇ ਜਿਹੜਾ ਮੇਨ ਅਕਿਊਜ਼ਡ ਸ਼ਬਦਿਲ ਸੀਗਾ ਉਹਦੇ ਵਕੀਲ, ਔਰ ਇਹ ਸਾਫ਼ ਕਿਹਾ ਕਿ ਕੋਰਟ ਵਿੱਚ ਇਹ ਸਾਬਿਤ ਨਹੀਂ ਹੋ ਪਾਇਆ ਕਿ ਜਿਸ ਵੈਪਨ ਨਾਲ ਇਹ ਮਰਡਰ ਕੀਤਾ ਗਿਆ ਉਹ ਵੈਪਨ ਸ਼ਬਦਿਲ ਕੋਲ ਸੀਗਾ ਹੀ ਨਹੀਂ, ਆਲਰੇਡੀ ਜਮ੍ਹਾਂ ਸੀਗਾ, ਤਾਂ ਇਸੇ ਕਰਕੇ ਦੇਖਦੇ ਹੋਏ ਨਾ ਉਹ ਮੌਕੇ 'ਤੇ ਕੋਈ ਸੀਗਾ, ਪੂਰਾ ਕੇਸ ਇਹ ਡਾਕੂਮੈਂਟਰੀ ਐਵੀਡੈਂਸ ਦੇ ਇਰਦ ਗਿਰਦ ਘੁੰਮਦਾ। ਹੁਣ ਫਾਈਨਲੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਮ ਰਹੀਮ ਸਹਿਤ 4 ਜਿਹੜੇ ਕਿਉਂ ਸੀਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਵੀਡੀਓ ਜਰਨਲਿਸਟ ਸਨਮ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।